ਗੁਰਦੁਆਰਾ ਨਾਨਕ ਦਰਬਾਰ ਦੁਬਈ ਚੱਲ ਪਏ ਗੁਰਦੁਆਰਾ ਸਾਹਿਬ ਤੋਂ ਇਹ ਦੁਬਈ ਮਾਲ ਤੋਂ ਵਨ ਤੋਂ ਪਹਿਲਾਂ ਆਇਆ ਹੁੰਦਾ ਸੀ ਰਾਰੀ ਤੇ ਗੁਜਰਾਤੀ ਦੁਬਈ ਮਾਲ ਜੀ ਇਹ ਆ ਗਿਆ ਐਕੁਆਰੀਅਮ ਦੁਬਈ ਮਾਲ 'ਚ ਥੋੜ੍ਹਾ ਜਿਹਾ ਸੀ ਲੇਟ ਹੋ ਗਏ ਸੀ ਜਦੋਂ ਪਹੁੰਚਦਾ ਖਤਮ ਹੋ ਗਿਆ ਸੀ ਗੱਡੀ ਜੀ ਗੁਰਦੁਆਰਾ ਨਾਨਕ ਦਰਬਾਰ ਵੱਲ ਨੂੰ ਟਰਨ ਕਰ ਲਈ ਆਪੋ ਤਾਪੀ ਤੋਂ ਆ ਰਹੇ ਸੀ ਦੁਬਈ ਆਉਣ ਲਈ ਪਰ ਰਾਸਤੇ 'ਚ ਫਿਰ ਔਨ ਰੋਡ ਹੀ ਸੀਗਾ ਥੋੜ੍ਹਾ ਜਿਹਾ ਹਟ ਕੇ 10 ਮਿੰਟ ਦੀ ਡਰਾਈਵ ਹੈ ਅਤੇ ਸੋਚਿਆ ਚਲੋ ਉੱਥੇ ਵੀ ਜਾਈਏ ਲਾਸਟ ਟਾਈਮ ਐਕਚੁਅਲੀ ਮੈਂ ਆਇਆ ਸੀ ਪਰ ਉਸ ਟਾਈਮ ਦਰਸ਼ਨ ਨਹੀਂ ਹੋਏ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਮਾਰਨਿੰਗ ਦਾ ਟਾਈਮ ਇਹਨਾਂ ਦਾ ਥੋੜ੍ਹਾ ਲੇਟ ਹੁੰਦਾ ਗੁਰਦੁਆਰਾ ਖੁੱਲ੍ਹਣ ਦਾ ਪਰ ਚਲੋ ਹੁਣ ਜਾ ਰਹੇ ਉੱਧਰ ਗੁਰਦੁਆਰੇ ਵੱਲ ਜੀ ਆ ਗਏ ਗੁਰਦੁਆਰਾ ਨਾਨਕ ਦਰਬਾਰ ਦੁਬਈ ਹਾਂਜੀ ਇੱਥੇ ਟੇਕੀ ਹੁਣ ਮੱਥਾ ਅੱਜ ਫਿਰ ਜਾ ਕੇ ਰਾਤ ਨੂੰ ਫਿਰ ਦੁਬਈ 'ਚ ਇੰਜੋਏ ਸੀਟ ਕੋਚੀ ਨਹੀਂ ਹੈ ਜੀ ਸ਼ੂਰ ਹੈ ਕਿੱਥੇ ਲਿਫਟ ਉੱਪਰ ਦਰਬਾਰ ਸਾਹਿਬ ਆ ਚੱਲੀਏ ਜੀ ਉੱਪਰੋਂ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੇ ਲਈ ਉਹਦੇ ਲਈ ਉੱਪਰ ਜਾਣਾ ਪੈਣਾ ਨੀਚੇ ਲੰਗਰ ਹਾਲ 'ਚ ਹੀ ਇਹ ਰਸਤਾ ਜਾਏ ਗੁਰਦੁਆਰਾ ਸਾਹਿਬ ਅੰਦਰ ਟੇਕ ਆਏ ਮੱਥਾ ਚੱਲੀਏ ਹੁਣ ਵਾਪਸ ਉਹ ਬੜੀ ਗੱਡੀ ਆਪਣੀ ਇਹ ਹੈ ਜੀ ਗੁਰਦੁਆਰਾ ਨਾਨਕ ਦਰਬਾਰ ਲਓ ਜੀ ਚੱਲ ਪਏ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਵੀ ਜਾਏ ਤੇ ਸਾਹਮਣੇ ਲੱਗ ਗਿਆ ਬਿਲਡਿੰਗਾਂ ਦੇਖਣ ਦੁਬਈ ਦੀਆਂ ਪਹੁੰਚ ਜਾਣਾ ਵਾ 15-20 ਮਿੰਟ 'ਚ ਬਾਕੀ ਰਾਸਤੇ ਡਿਪੈਂਡ ਕਰਦਾ ਸ਼ਾਮ ਨੂੰ ਕਈ ਵਾਰ ਭੀੜ ਬੜੀ ਹੋ ਜਾਂਦੀ ਹੈ ਫਿਰ ਟਾਈਮ ਲੱਗ ਜਾਂਦਾ ਜੀ ਮਾਲ ਆਫ ਐਮਰੇਟਸ ਸੀ ਹਾਂ ਮਾਲ ਆਫ ਦੀ ਐਮਰੇਟਸ ਇਹ ਦੁਬਈ ਮਾਲ ਤੋਂ ਵਨ ਤੋਂ ਪਹਿਲਾਂ ਆਇਆ ਹੁੰਦਾ ਸੀ ਇਹ ਫਰਾਰੀ ਤੇ ਮਜ਼ਰਾਟੀ ਦੋਨਾਂ ਦਾ ਇਹ ਸ਼ੋਰੂਮ ਹੈ ਆਲੇ ਦੁਆਲੇ ਸਾਰੀ ਕਾਰਾਂ ਦੇ ਸ਼ੋਰੂਮ ਹੈ ਬੜੇ ਤਗੜੇ ਤਗੜੇ
ਗੱਡੀਆਂ ਮਾਰ ਤਾਂ ਸਭ ਕੀ ਰਵਾ ਲੋ ਜੀ ਪਹੁੰਚ ਗਏ ਦੁਬਈ ਮਾਲ ਦੇ ਨੇੜੇ ਰਹਿ ਗਏ 1 ਕਿਲੋਮੀਟਰ ਦੇਖੋ ਨਜ਼ਾਰਾ ਪੂਰਾ ਇਹ ਬੁਰਜ ਖਲੀਫਾ ਵਾਲੇ ਇੱਥੇ ਆਣਾ ਸੀ ਤੁਹਾਨੂੰ ਘੁਮਾ ਕੇ ਇੰਨਾ ਬੜਾ ਆ ਸਾਰਾ ਦੁਬਈ ਮਾਲ ਜਿਹੜਾ ਦੁਬਈ ਮਾਲ दुबई मॉल अभी भी गड्डी लाती वैलेट पार्किंग बाकी देखो गड्डी दुबई मॉल चलिए अंदर हम दुबई मॉल दे देखते अंदर जाके फाउंटेन शो देखना अच्छे लो जी आ गए दुबई मॉल के अंदर देखो नज़ारा पूरा दुबई मॉल का देखो बहुत ही शानदार मॉल ये आ गया एक्वेरियम दुबई मॉल च ये देखो नजारा पूरा यार पूरा नजारा इधर मॉल एडा बड़ा है भी थानू पता ही नहीं लगना थोड़ा टाइम कदों पास हो गया तुसी कि सारा दिन भी घट पै जाता है जो तुसी मॉल घूमन लग जाओ ता भी ये मुक्कण च नहीं आता कोई यह जा ब्रांड नहीं जिहड़ा इत्थे ना मिले कोई यह जी चीज़ नहीं जिहड़ी इत्थे ना मिले टॉप टॉप के ब्रांड हर बिल्कुल ओरिजिनल जिहदे विच कोई मिक्सिंग नहीं हो सकती क्योंकि यह दुबई है की कहने हुंदे अशवीर कम टू दुबई हैप्पी वेलकम टू दुबई हां देखो ये नए नए शेख मैंने यहाँ पे फोर लैंग्वेज दुबई में और कुछ बोल के दिखाओ आई ही डोंट नो एनीथिंग नथिंग इसको सिर्फ गाड़ियों के नाम ही आती शुरू फाउंटेन शो भी दो पेज निकलिया फर्क नहीं स्टिकरी स्टिकरी वाली स्टिकर रॉन्ग 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 ईमानदार ना बोलो Now three without clear hai Aga bye 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 Baba
थैंक यू बस असीम गनी भाई क्या बोल रही है क्या गुड पहुंच गए जी बुर्ज खलीफा को फाउंटेन शो होना हूँ थोड़ी देर बाद फिर देखोगे बाकी करते रहना इंजॉय दुबई दे विच देखो पब्लिक इन भरया पाया है ये फाउंटेन शो दोबारे शुरू होने लगे जी 8 बजे शुरू होता है अद्धे अद्धे घंटे बाद है पहला 7:30 सी थोड़ा जहा सी लेट हो गए जी जो पहुँचे तो खत्म हो गया सी हूँ बजन वाले 8 दोबारे स्टार्ट होएगा इतने ये देखो बाकी पूरा नज़ारा ये लाग पास खाण पीन बथेरे बने हुए वधिया वधिया उधर पूरा मैकडोनल्ड पिज़्ज़ा हट KFC सब कुछ अवेलेबल है इतने